गुरुद्वारा श्री बंगला साहिब विखे अपने जीवन सफला करन दे लई गुरु के चरणा विच रोज पहुंच करके गुरु की बाणी का कीर्तन गुरु ग्रंथ साहिब जी दीन दुनिया के वाली की गुरबाणी गुर इतिहास सरवण करते हो दिल्ली गुरुद्वारा प्रबंधक कमेटी इसे ही प्रकार के नाल धर्म प्रचार कमेटी का एक उपराला है जो गुर इतिहास है गुरां दी बाणी है जिहड़े गुरां ने कलम दे नाल करिश्मे दुनिया दे उत्ते कीते ने उन्हां ते चानना पाया जावे जिस तरह साढ़े गुरु दीन दुनिया के वाली तख्त विराजमान गुरु ग्रंथ साहिब सच्चे पातशाह हैं इस प्रकार के नाल साडा इतिहास साढ़े दसम पातशाह की बाणी भाई नंद लाल जी की बाणी भाई गुरदास जी की बाणी श्री दसम ग्रंथ साहिब दसम पातशाह जी की पवित्र बाणी है जिहदे तों सानू एक वक्री होंद खंडे वाटे का अमृत प्यार करन लई जिन बाणियां मिलदियां ने सानू रोज करन दे लई अरदास मिलदी है प्रथम भगवती सिमरत है गुरु नानक लई ध्याए सानू नितनेम मिलदा है उस ही बाणी दे विच एक ऐसा कलम का चमत्कार है परशियन फारसी दे विच दीन दुनिया दे वाली ने एक औरंगे नूं खत लिखिया है
ਇਹ ਖੱਤ ਵਿਲੱਖਣ ਇਸ ਕਰਕੇ ਹੈ, ਇਹਦਾ ਨਾਮ ਜ਼ਫਰਨਾਮਾ ਹੈ। ਜ਼ਫਰ ਦਾ ਮਤਲਬ ਹੈ ਜਿੱਤ, ਪਤਾ ਹੈ। ਨਾਮਹ ਦਾ ਮਤਲਬ ਹੈ ਖੱਤ, ਚਿੱਠੀ। ਔਰ ਹੈਰਾਨੀ ਉਦੋਂ ਹੋਈ ਜਦੋਂ ਕਲਗੀ ਧਰ ਦੀ ਆਨੰਦਾਂ ਦੀ ਪੂਰੀ ਉੱਜੜ ਗਈ। ਜਦੋਂ ਕਲਗੀ ਧਰ ਦੇ ਉਹ ਕਿਲੇ ਨਾ ਰਹੇ ਜਿੱਥੇ ਹਜ਼ਾਰਾਂ ਸਿੱਖ ਮੌਤ ਦੀ ਗੋਦ ਵਿੱਚ ਜਾ ਬਿਰਾਜੇ, ਸ਼ਹਾਦਤ ਦਾ ਰੁਤਬਾ ਪਾ ਗਏ, ਉੱਥੇ ਨਿੱਕੇ ਨਿੱਕੇ ਚਾਰ ਲਾਲ ਨਾ ਰਹੇ। ਮਾਤਾ ਨਹੀਂ ਰਹੀ, ਮਹਿਲ ਦਿੱਲੀ ਨੂੰ ਚਲੇ ਗਏ ਨੇ। ਔਰ ਬਾਪੂ ਜਦੋਂ ਕਲਮ ਚੁੱਕਦਾ ਤੇ ਕੀ ਲਿਖਦਾ, ਫਤਿਹਨਾਮਾ, ਸਭ ਕੁਝ ਗਵਾ ਕੇ ਵੀ ਕਹਿੰਦਾ ਮੇਰੀ ਜਿੱਤ ਹੋਈ ਹੈ। ਧਿਆਨ ਦਿਓ, ਠੀਕ ਹੈ, 10 ਲੱਖ ਨੂੰ ਖਤਮ ਕਰਨਾ ਚਾਲੀਆਂ ਲਈ ਕਠਿਨ ਹੈ, ਮੁਸ਼ਕਿਲ ਹੈ। ਸੋਨੇ ਦਾ ਕੋਈ ਪਿਆਲਾ ਹੋਵੇ ਤੇ ਕੋਈ ਹਾਕਮ ਚੁੱਕ ਕੇ ਉਹਦੇ ਉੱਤੇ ਪੱਥਰ ਮਾਰ ਦੇਵੇ, ਪੱਥਰ ਕਦੇ ਨਹੀਂ ਟੁੱਟਦਾ, ਸੋਨੇ ਦਾ ਪਿਆਲਾ ਟੁੱਟੇਗਾ। ਸੋਨੇ ਦੇ ਪਿਆਲੇ ਨੇ ਟੁੱਟ ਕੇ ਵੀ ਸੋਨਾ ਰਹਿਣਾ, ਤੇ ਪੱਥਰ ਨੇ ਨੁਕਸਾਨ ਕਰ ਦੇਣਾ, ਪਿਆਲਾ ਭੰਨ ਦੇਣਾ, ਫਿਰ ਵੀ ਪੱਥਰ ਰਹਿਣਾ। ਤੇ ਔਰੰਗਿਆ, ਮੇਰੇ ਲਾਲ ਨੇ, ਸੋਨੇ ਦੇ ਪਿਆਲੇ ਭਾਵੇਂ ਟੁੱਟ ਗਏ ਨੇ, ਸੋਨਾ ਰਹਿਣਗੇ, ਤੈਨੂੰ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਨੇ, ਤੂੰ ਪੱਥਰ ਦਾ ਪੱਥਰ ਰਹੂੰਗਾ। ਪਿਆਲਾ ਟੁੱਟ ਕੇ ਵੀ ਨਹੀਂ ਆ ਰਿਹਾ, ਤੂੰ ਨਾ ਟੁੱਟ ਕੇ ਵੀ ਆ ਗਿਆ। ਇਹਦੀ ਤਾਕਤ, ਐਸਾ ਡਿਗਰਾ, ਐਸੀ ਪਹੁੰਚ, ਇੱਕ ਬੱਚਾ ਕਦੇ ਖਤਮ ਹੋ ਜਾਵੇ ਤੇ ਕੀਰਨੇ ਪਾਪਾ ਮਾਪੇ ਕਮਲੇ ਹੋ ਜਾਂਦੇ ਨੇ। ਇਹ ਕਹਿੰਦਾ ਮੇਰੀ ਬੱਚੇ ਗਵਾ ਕੇ ਵੀ ਜਿੱਤ ਹੋਈ ਹੈ। ਇਹ ਜ਼ਫਰਨਾਮਾ ਕਾਰਨ ਕੀ ਬਣੇ ਲਿਖਣ ਦੇ, ਕਿਉਂ ਲਿਖਿਆ ਗਿਆ? ਦੇਖੋ, ਦੁਨੀਆਂ ਦੇ ਉੱਤੇ ਦੋ ਤਰੀਕੇ ਨੇ ਤਖਤਾ ਪਲਟਣ ਦੇ। ਜਦੋਂ ਰਾਜਸੀ ਲੋਕ ਅਤਿਆਚਾਰੀ ਹੋ ਜਾਣ, ਜਿਨ੍ਹਾਂ ਨੇ ਸਾਡੇ ਘਰਾਂ ਨੂੰ ਬਚਾਉਣਾ, ਉਹ ਖੁਦ ਡਾਕੂ ਬਣ ਜਾਣ, ਰਾਜੇ ਚੋਰ ਬਣ ਜਾਣ, ਰਾਜੇ ਨਿਆਂ ਦੀ ਜਗ੍ਹਾ ਤੇ ਤਸ਼ੱਦਦ ਕਰਨ ਲੱਗ ਜਾਣ, ਤੇ ਫਿਰ ਕੋਈ ਸਤਪੁਰਸ਼ ਕਲਮ ਉਗਾਉਂਦਾ ਕਲਮ। ਇੱਕ ਤਰੀਕਾ ਕਲਮ ਹੈ ਤੇ ਦੂਜਾ ਤਰੀਕਾ ਤਖਤਾ ਪਲਟਣ ਦਾ ਰਾਜ, ਪਲਟਣ ਦਾ ਤਲਵਾਰ ਹੈ। ਕਲਮ ਦੇ ਨਾਲ ਹਕੂਮਤੀ ਅਨਸਰ ਜਿਹੜੇ ਪਾਪ ਕਰ ਰਹੇ ਨੇ ਉਹਨਾਂ ਦੇ ਰਾਜ ਪ੍ਰਬੰਧ, ਉਹਨਾਂ ਦੇ ਕੀਤੇ ਹੋਏ ਤਸ਼ੱਦਦ, ਇਸ ਸੰਬੰਧ ਦੇ ਵਿੱਚ ਲਿਖ ਲਿਖ ਕੇ, ਮੀਡੀਏ ਦੇ ਵਿੱਚ ਲਿਖ ਲਿਖ ਕੇ ਲਿਖਤਾਂ ਲੋਕਾਂ ਤੱਕ ਪਹੁੰਚਾਈ ਦੀਆਂ ਨੇ ਵੀ ਜਾਗਰਤ ਹੋ, ਕਿਉਂ ਗਫਲਤ ਦੀ ਨੀਂਦ ਚੁੱਕੇ ਦੇ, ਇਹਨੇ ਤੁਹਾਡੀ ਅੰਸ਼ ਖਤਮ ਕਰ ਦੇਣੀ ਹੈ। ਇੱਦਾਂ ਸਮਝ ਲਓ ਵੀ ਕਿਸੇ ਪਾਪੀ ਰਾਜੇ ਦੇ ਖਿਲਾਫ ਇਸ ਰਹੀ ਜਨਤਾ ਨੂੰ ਭੜਕਾਇਆ ਜਾਂਦਾ, ਸਮਝਾਇਆ ਜਾਂਦਾ, ਗਿਆਨ ਦਿੱਤਾ ਜਾਂਦਾ ਹੈ ਵੀ ਰੱਬੀ ਤੇਰੇ ਹੱਥ ਖੋਏ ਜਾ ਰਹੇ ਨੇ, ਪਿੰਜਰੇ ਨੂੰ ਖੋਲਿਆ ਜਾਂਦਾ ਵੀ ਆਜ਼ਾਦ ਹੋ। ਤੇ ਜਦੋਂ ਲੋਹਾ ਹੋਵੇ ਨਾ ਗਰਮ, ਖਿਆਲ ਆਪ ਸਮਝ ਵਿੱਚ ਆ ਜਾਣ, ਜਦੋਂ ਕਲਮ ਇਹ ਲਿਖ ਦੇਵੇ ਹੈ 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 ਸਭ ਜਗ ਪਏ ਹੋ, ਜੈ 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 ਸੁਰ ਲੋਕ, ਅਤਿਆਚਾਰ ਹੋਇਆ, ਹਾਹਾਕਾਰ ਹੋ ਰਹੀ ਹੈ, ਉਹ ਜਿਹੜੇ ਫਿਰ ਪੱਥਰ ਬਣੇ ਹੋਏ ਸੀਨੇ ਨੇ ਉਹ ਪਿਘਲਦੇ ਨੇ। ਇਨਸਾਨੀਅਤ ਪੈਦਾ ਹੁੰਦੀ ਹੈ, ਲੋਹਾ ਗਰਮ ਹੁੰਦਾ, ਕਲਮ ਦੇ ਨਾਲ ਲੋਹਾ ਗਰਮ ਹੁੰਦਾ, ਖਿਆਲਾਤ ਸ਼ੁਭ ਪੈਦਾ ਹੁੰਦੇ ਨੇ, ਬਗਾਵਤ ਦੀ ਬੂਹ ਆਉਣ ਲੱਗ ਪੈਂਦੀ ਹੈ, ਤੇ ਜਦੋਂ ਫਿਰ ਹਿਰਦੇ ਦੇ ਵਿੱਚੋਂ ਜਵਾਲਾਮੁਖੀ ਫਟਦਾ, ਉੱਠਦਾ, ਹੱਥ ਵਿੱਚ ਫਿਰ ਤਲਵਾਰ ਦਿੱਤੀ ਜਾਂਦੀ ਹੈ,
ਇਹ ਜਿਹੜਾ ਰਾਜ ਭਾਗ ਹੈ ਇਹ ਤਬਾਹ ਹੋਣਾ ਚਾਹੀਦਾ, ਖਤਮ ਹੋਣਾ ਚਾਹੀਦਾ, ਇਹਦਾ ਖੁਰਾ ਖੋਰ ਮਿਟਣਾ ਚਾਹੀਦਾ। ਐਵੇਂ ਤਲਵਾਰ ਦੇ ਨਾ ਹੱਥ 'ਚ ਪੜਾਈ ਕਰਨੀ, ਕਾਹਦੇ ਲਈ ਪੜਾਈ ਹੈ, ਕੀ ਕਰਨਾ ਇਹਦੇ ਨਾਲ, ਲੋਕਾਂ ਦੇ ਨਿਆਣੇ ਮਾਰਨੇ ਨਹੀਂ। ਪਹਿਲਾਂ ਕਲਮ ਦੇ ਨਾਲ ਸਮਝਾਇਆ ਜਾਂਦਾ, ਬੁਝਾਇਆ ਜਾਂਦਾ, ਖੋਲੀ ਦਿੱਤੀ ਜਾਂਦੀ ਹੈ ਕੀ ਕਾਰਨ ਹੈ। ਕਲਗੀ ਧਰਦੀ ਜਿੱਥੇ ਤਲਵਾਰ ਦੇ ਚਮਤਕਾਰ ਅੱਲਾ ਯਾਰ ਖਾਂ ਲਿਖਦੇ ਨੇ, ਸਤਿਗੁਰੂ ਨੇ ਰਾਜਪੂਤੋਂ ਕੇ ਛੱਕੇ ਛੁਡਾ ਦੀਏ, ਮੁਗਲੋਂ ਕੇ ਜੋ ਵਲਵਲੇ ਥੇ ਵੋ ਵੀ ਮਿਟਾ ਦੀਏ, ਉੱਥੇ ਇਹ ਜ਼ਫਰਨਾਮਾ ਕਲਮ ਦੀ ਤਾਕਤ ਬਿਆਨ ਕਰਦਾ। ਜਿੱਥੇ 14 ਜੰਗਾਂ ਸਤਿਗੁਰ ਦੀ ਚੰਡੀ ਤਲਵਾਰ ਦੀ ਗਾਥਾ ਬਿਆਨ ਕਰਦੀਆਂ ਨੇ ਸਿੱਖਾਂ, ਉੱਥੇ ਹੀ ਇਹ ਜ਼ਫਰਨਾਮਾ ਕਲਮ ਦੀ ਤਾਕਤ ਬਿਆਨ ਕਰਦਾ। ਸਮਾਂ ਆਇਆ, ਪੁਰਾਣੇ ਸਮੇਂ ਵੱਲ ਝਾਤ ਮਾਰਿਓ, 990 ਈਸਵੀ ਮਹਿਮੂਦ ਗਜ਼ਨਵੀ ਬੜਾ ਤਕੜਾ ਬਾਦਸ਼ਾਹ, ਗਜ਼ਨੀ ਦਾ ਬੜਾ ਤਕੜਾ ਬਾਦਸ਼ਾਹ ਮਹਿਮੂਦ ਹੈ। ਇਹ ਕਿੱਥੋਂ ਸ਼ੁਰੂ ਹੋਇਆ ਧਿਆਨ ਦਿਓ, ਜ਼ਫਰਨਾਮਾ, ਮੁਹੱਬਤਨਾਮਾ, ਸੁਲਹ ਨਾਮਾ, ਕਿੱਥੋਂ ਇਹ ਸਾਰੇ ਸ਼ੁਰੂ ਹੋਏ ਨੇ। 990 ਈਸਵੀ ਵਿੱਚ ਮਹਿਮੂਦ ਦਾ ਬੜਾ ਮਹਾਨ ਪੁਰੰਦਰ ਕਵੀ ਹੈ ਫਿਰਦੌਸੀ ਆ, ਫਿਰਦੌਸੀ ਜ਼ਫਰਨਾਮੇ ਕੀ ਉਹਦਾ ਜ਼ਿਕਰ ਹੈ। ਮਹਿਮੂਦ ਨੇ ਇੱਕ ਜ਼ਿਕਰ ਕੀਤਾ, ਆਖਣ ਲੱਗਾ ਵੀ ਮੇਰੇ ਕਿੱਸੇ, ਮੇਰੇ ਕਹਾਣੀਆਂ ਕਵਿਤਾ ਦਾ ਰੂਪ ਦੇ ਕੇ ਸ਼ੁੱਧ ਫਾਰਸੀ ਵਿੱਚ ਲਿਖ, ਤੇ ਜਿੰਨੇ ਵੀ ਸ਼ੇਰ ਲਿਖੇਗਾ ਇੱਕ ਸ਼ੇਰ ਦੀ ਤੈਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਜਾਵੇਗੀ। 52 ਕਵੀ ਰੱਖੇ ਸੀ ਗੁਰਾਂ ਨੇ, ਇਹ ਵੀ ਸੀ ਪੁੱਛਿਆ ਵੀ ਸਿੱਖ ਜੇ ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਕਾਵ ਰਚਨਾ ਕਵਿਤਾ ਦਾ ਬੜਾ ਮਾਣ, ਅਜੀਬ ਵਰਗੇ ਭਟਾਰੀਆਂ ਨੂੰ ਸੋਨੇ ਦੀਆਂ ਮੋਹਰਾਂ ਦਾ ਤੋਲ ਦਿੰਦਾ ਸੀ ਜਦੋਂ ਕਵਿਤਾ ਪੜ੍ਹਦੇ ਸੀ। ਤਾਂ ਹੀ ਆ ਕਈ ਵਾਰ ਦਿੱਲੀ ਵਿੱਚ ਦੇਖਦੇ ਹੋ, ਦਿੱਲੀ ਕਮੇਟੀ ਕਵੀ ਦਰਬਾਰ ਕਰਾਉਂਦੀ ਹੈ। ਕਾਰਨ ਹੈ ਇਹਦਾ, ਕਿਉਂਕਿ ਇਸ ਘਰ ਵਿੱਚ ਅਦਬ ਬੜਾ ਸੀ ਕਵੀ ਦਰਬਾਰ ਦਾ। ਫਿਰਦੌਸੀ ਨੇ ਸ਼ੇਰ ਸ਼ੁਰੂ ਕੀਤੇ ਤੇ ਜ਼ਿੰਦਗੀ ਦੇ ਕੀਮਤੀ 30 ਸਾਲ ਲਗਾ ਕੇ 60,000 ਬੰਦਾਂ ਦੀ ਇੱਕ ਕਿਤਾਬ ਲਿਖੀ। 60,000 ਬੰਦ ਕੈਸਾ ਕਵੀ ਹੋਵੇਗਾ, ਤੇ ਨਾਂ ਰੱਖਿਆ ਸ਼ਾਹਨਾਮਾ। ਤੇ ਜਿਸ ਦਿਨ ਉਹ ਕਿਤਾਬ ਪੂਰੀ ਕਰਕੇ ਗਜ਼ਨਵੀ ਕੋਲ, ਮਹਿਮੂਦ ਕੋਲ ਪਹੁੰਚਿਆ, ਰਾਜਾ ਜ਼ਬਾਨੋਂ ਮੁੱਕਰ ਗਿਆ। ਇੱਕ ਰਜਪਣ ਇੱਕ ਸਿੱਕਾ ਸੋਨੇ ਦਾ ਇਨਾਮ ਵਜੋਂ ਦੇਣ ਲੱਗਾ। ਹੋਰ ਸੀ ਕਵੀ, ਹੋਰ ਸੀ ਗਿਆਨੀ, ਉਹ ਹੱਥ ਪਿਆ ਕਹਿੰਦਾ ਰਾਜਾ ਜ਼ਬਾਨ ਤੇ ਨਹੀਂ ਰਿਹਾ, ਮੈਂ ਤੇਰਾ ਇੱਕ ਸਿੱਕਾ ਵੀ ਠੀਕ ਕਰਨਾ, ਆਪਣੇ ਪਿੰਡ ਚਲਿਆ ਗਿਆ। ਘਰੇ ਚਲਾ ਗਿਆ, 1990 ਦੇ ਵਿੱਚ ਸ਼ੁਰੂਆਤ ਹੋਈ, ਵਾਹਿਗੁਰੂ 990 ਵਿੱਚ ਸ਼ੁਰੂਆਤ ਹੋਈ ਤੇ 1020 ਵਿੱਚ ਇਹ ਸ਼ਾਹਨਾਮਾ ਕੰਪਲੀਟ ਸੰਪੂਰਨ ਹੋਇਆ ਤੇ 5 ਸਾਲ ਘਰ ਗਏ ਨੂੰ ਹੋਏ ਨੇ। ਕੋਈ ਅੰਦਰਲਾ ਪਿਘਲਿਆ ਮਹਿਮੂਦ ਦਾ ਤੇ ਉਹ 60,000 ਸੋਨੇ ਦੀਆਂ ਮੋਹਰਾਂ ਵਜ਼ੀਰਾਂ ਕੋਲ ਉਹਦੇ ਘਰ ਘੱਲੀਆਂ। ਅਗਲੇ ਦਰਵਾਜ਼ੇ ਤੋਂ ਮੋਹਰਾਂ ਲੈ ਕੇ ਅੰਦਰ ਲੰਘੇ ਨੇ ਤੇ ਅੰਦਰ ਕੀ ਤੱਕਿਆ, ਪਿਛਲੇ ਦਰਵਾਜ਼ੇ ਤੋਂ ਫਿਰ ਦੌਸੀਏ ਦੀ ਅਰਥੀ ਉੱਠ ਰਹੀ ਹੈ। ਉਹਨੇ ਬੜੀ ਤਲਵਾਰ ਦੀ ਧਾਰ ਦਿੱਤੀ ਦਿੱਤੀ ਹੈ ਇਸ ਮਹਿਮੂਦ,
ਸ਼ਾਹਨਾਮੇ ਤੋਂ ਸ਼ੁਰੂਆਤ ਹੋਈ। ਚਲੋ ਆਪਣਾ ਇਹ ਚੱਕਰ ਆਪਾਂ ਜ਼ਫਰਨਾਮੇ ਵੱਲ ਆਉਣਾ। ਔਰ ਇਹਦੇ ਬਾਅਦ ਦੁਨੀਆਂ ਦਾ ਇਤਿਹਾਸ ਵਾਚੋ ਜ਼ਫਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਸ਼ਾਹਨਾਮੇ ਤੋਂ ਆਰੰਭਤਾ ਹੋ ਗਈ। ਸ਼ੋਕੇਨਾਮਾ, ਮੁਹੱਬਤਨਾਮਾ, ਜੰਗਨਾਮਾ, ਇਸ ਪ੍ਰਕਾਰ ਦੇ ਨਾਲ ਇਹ ਚਿੱਠੀਆਂ ਦੀ, ਪੱਤਰਾਂ ਦੀ, ਨਾਮਿਆਂ ਦੀ ਸ਼ੁਰੂਆਤ ਹੋ ਗਈ। ਤੈਮੂਰ ਦੀ ਤਵਾਰੀਖ, ਸਭ ਤੋਂ ਪਹਿਲਾ ਜ਼ਫਰਨਾਮਾ ਤੈਮੂਰ ਦੀ ਤਵਾਰੀਖ, ਜੋ ਸ਼ਰਫੂਦੀਨ ਨੇ ਸਨ 1432 ਵਿੱਚ ਲਿਖਿਆ। ਇਹਦੇ ਵਿੱਚ ਵੀ ਤੈਮੂਰ ਦੀ ਤਲਵਾਰ ਬਿਆਨ ਕੀਤੀ ਹੈ। ਪੁਰਾਣੇ ਰਾਜੇ ਆਪਣੀ ਭਿਅੰਕਰਤਾ, ਆਪਣੀ ਤਾਕਤ ਨੂੰ ਕਾਵ ਰਚਨਾ ਰਾਹੀਂ ਲਿਖ ਕਰਕੇ ਜਿਹੜੇ ਦੇਸ਼ ਤੇ ਹਮਲਾ ਕਰਨਾ ਹੁੰਦਾ ਸੀ ਉੱਥੇ ਪਹਿਲਾਂ ਇਹ ਲਿਖਤਾਂ ਪਹੁੰਚਾਉਂਦੇ ਸਨ ਵੀ ਲੋਕ ਪੜ੍ਹ ਕੇ ਹੀ ਕੰਬ ਜਾਣ, ਏਡਾ ਨਿਰਦਈ ਬਾਦਸ਼ਾਹ ਚੜ੍ਹ ਕੇ ਆ ਰਿਹਾ। ਲੋਕ ਇਹ ਲਿਖਤਾਂ, ਇਹ ਜ਼ਫਰਨਾਮੇ ਪੜ੍ਹ ਕੇ ਕੰਬ ਜਾਇਆ ਕਰਦੇ ਸਨ। ਫਿਰ ਦੀਨ ਦੁਨੀਆਂ ਦੇ ਵਾਲੀ ਨੇ ਆਨੰਦਗੜ੍ਹ ਦੇ ਕਿਲ੍ਹੇ ਵਿੱਚ ਕੋਈ 7-8 ਮਹੀਨੇ ਦੇ ਕਰੀਬ ਪਰਿਵਾਰ ਸਮੇਤ, ਸਿੱਖਾਂ ਸੇਵਕਾਂ ਸਮੇਤ ਭੁੱਖ ਜਰੀ ਹੈ, ਪੱਤੇ ਖਾ ਕੇ, ਛਿੱਲਾਂ ਰੁੱਖਾਂ ਦੀਆਂ ਲਾਹ ਕੇ ਇਹਨਾਂ ਗੁਜ਼ਾਰਾ ਕੀਤਾ। ਚਲੋ ਜੰਗ ਤੇ ਨਹੀਂ ਜਿੱਤ ਸਕੇ ਬਾਈ ਧਾਰੀਏ ਨਾ ਮੁਗਲ, ਇਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ। ਇੱਥੇ ਸਿੱਖਾਂ ਦੇ ਦਿਦਾਵੇ ਹੋਏ। ਇੱਥੇ ਔਰੰਗਜ਼ੇਬ ਨੇ ਇੱਕ ਚਿੱਠੀ ਭੇਜੀ ਹੈ ਸੈਯਦ ਹਰਿ ਕੁਰਾਨ ਦੀ ਸਹੁੰ ਖਾ ਕੇ ਵੀ ਬਾਬਾ ਆਨੰਦਪੁਰ ਛੱਡ ਦੇ, ਕਾਂਗੜ ਆ ਜਾ ਤੇ ਜੀਨੇ ਕਾਂਗੜ ਮੈਂ ਤੇਰੇ ਚਰਨਾਂ ਵਿੱਚ ਪਹੁੰਚ ਜਾਵਾਂਗਾ, ਆਪਣਾ ਮੇਲ ਹੋ ਜਾਵੇਗਾ, ਬਹਿ ਕੇ ਸਲਾਹ ਮਸ਼ਵਰਾ ਕਰਕੇ ਨਿਬੇੜਾ ਕਰ ਲਵਾਂਗੇ, ਆਨੰਦਪੁਰ ਛੱਡ ਦੇ। ਤੇ ਮਹਾਰਾਜ ਕਈ ਮੇਰੇ ਭੋਲੇ ਵੀਰ ਕਹਿ ਦਿੰਦੇ ਵੀ ਛਲ ਕੀਤਾ ਰਾਜਿਆਂ ਹੱਦ ਹੋਈ, ਰੱਬ ਛਲਿਆ ਜਾਂਦਾ, ਰੱਬ ਨਾਲ ਧੋਖਾ ਹੋ ਸਕਦਾ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਵਰਗਾ ਸੀ? ਚੱਲ ਚਲਾਈ ਨਾ ਛਲੈ, ਦੁਨੀਆਂ ਦੀ ਕੋਈ ਐਸੀ ਤਾਕਤ ਨਹੀਂ ਜਿਹੜੀ ਖਤਮ ਤੋਂ ਖੋਲੇ ਹੈ ਤੇ ਧੋਖਾ ਦੇ। ਕਾਰਨ ਇਹ ਸੀ ਵੀ ਇਹਨਾਂ ਨੇ ਗਊ ਦੀ ਕਸਮ ਖਾਧੀ ਹੈ, ਇਹਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ। ਜੇ ਅਸੀਂ ਭਰੋਸਾ ਨਾ ਕੀਤਾ ਲੋਕਾਂ ਦਾ, ਧਾਰਮਿਕ ਗ੍ਰੰਥਾਂ ਤੇ ਭਰੋਸਾ ਨਹੀਂ ਰਹਿਣਾ, ਇਮਾਨ ਨਹੀਂ ਰਹਿਣਾ। ਮਾਤਾ ਗੁਜਰੀ ਨੂੰ ਆਖਣ ਲੱਗੇ, ਮਾਤਾ ਜੀ ਇਹਨਾਂ ਆਪਣੇ ਪਰਿਵਾਰ ਦਾ, ਸਿੱਖ ਸੇਵਕਾਂ ਦਾ ਨੁਕਸਾਨ ਕਰਨਾ ਹੈ। ਸਿੱਖ ਜਿੱਦ ਕਰਦੇ ਰਹੇ ਕਿਲ੍ਹਾ ਛੱਡ ਦਿਓ, ਗੁਰੂ ਸਾਹਿਬ ਅੜੇ ਰਹੇ, ਪਰ ਸਿੱਖਾਂ ਦੀਆਂ ਬੇਨਤੀਆਂ, ਔਰੰਗਜ਼ੇਬ ਦੀਆਂ ਧਰਮ ਦੀਆਂ ਕਸਮਾਂ ਨੇ ਗੁਰਾਂ ਨੂੰ ਮਜਬੂਰ ਕਰ ਦਿੱਤਾ। ਜੇ ਅੱਜ ਇਹ ਕਸਮਾਂ ਨਾ ਮੰਨੀਆਂ ਗਈਆਂ ਤੇ ਧਰਮ ਤੋਂ ਭਰੋਸਾ ਰਹਿੰਦੀ ਦੁਨੀਆਂ ਤੱਕ ਲੋਕਾਂ ਦਾ, ਉੱਠੇਗਾ ਕਿਲ੍ਹਾ ਛੱਡ ਦਿੱਤਾ, ਸਰਸਾ ਦੇ ਕੰਢੇ ਪਹੁੰਚੇ, ਆਸਾ ਦੀ ਵਾਰ ਲੱਗੀ, ਪਰਿਵਾਰ ਦਾ ਵਿਛੋੜਾ ਹੋਇਆ, ਕੀ ਕਾਰਨ ਸੀ ਜ਼ਫਰਨਾਮੇ ਦਾ? ਤੇ 9 ਸਾਲਾਂ ਦੀ ਉਮਰ ਵਿੱਚ ਇੱਕ ਪ੍ਰਣ ਕੀਤਾ ਸੀ, 1,25,000 ਸੇ ਇੱਕ ਲੜਾਂ, ਅੱਜ ਪਰਿਵਾਰ ਵਿਛੜ ਗਿਆ, 40 ਸਿੰਘ ਨੇ, 2 ਬਾਲ ਨੇ। ਇਸੇ ਪ੍ਰਕਾਰ ਦੇ ਨਾਲ ਦੀਨ ਦੁਨੀਆਂ ਦੇ ਵਾਲੀ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਵਰਗੇ, ਭਾਈ ਸੰਗਤ ਸਿੰਘ ਵਰਗੇ ਸਿੰਘ ਨੇ ਤੇ ਸਮਾਂ ਆ ਗਿਆ ਚਮਕੌਰ ਦੀ ਗੜੀ ਵਿੱਚ
ਜਿੱਥੇ ਇਹ ਗੱਲ ਆਖੀ ਅੱਜ ਮੈਂ ਚਿੜੀਆਂ ਤੋਂ ਲੜਾ ਦੂੰਗਾ ਬਾਜ ਸੇ, ਚਿੜੀਆਂ ਦੇ ਹੱਥੋਂ ਬਾਜ ਜਿੱਥੇ ਤੜਵਾਏ ਗਏ, ਭੋਲੇ ਭਾਲੇ ਮਾਲਾ ਫੇਰਨ ਵਾਲੇ ਹੱਥਾਂ ਪਾਸੋਂ ਬਾਜਾਂ ਦੀ ਮੁਗਲਾਂ ਦੀ ਖਿੱਲ ਲਵਾਈ ਗਈ, ਸਮਾਂ ਆ ਗਿਆ। ਇੱਥੇ ਹੀ ਘਰ ਦੀ ਅੰਸ਼ ਵਧਾਉਣ ਵਾਲੇ ਸਾਹਿਬਜ਼ਾਦੇ ਦੋ ਸ਼ਹੀਦ ਹੋਏ। ਸਿੱਖਾਂ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸੁਨਿਮਰ ਬੇਨਤੀ ਕੀਤੀ, ਪਿਤਾ ਜੀ ਉਜਾੜ ਵਿੱਚ ਵੀ ਕਦਮ ਰੱਖੋਗੇ ਤੇ ਫੁੱਲ ਮਹਿ ਗੁੱਥਣਗੇ, ਕਿਲਾ ਛੱਡ ਦਿਓ ਜਿੱਥੇ ਵੀ ਜਾਓਗੇ ਖਾਲਸਾ ਪੈਦਾ ਹੋ ਜਾਵੇਗਾ, ਜੇ ਗੁਰੂ ਚਲਿਆ ਗਿਆ ਤੇ ਅਸੀਂ ਐਸਾ ਗੁਰੂ ਕਿੱਥੋਂ ਲੱਭਾਂਗੇ। ਬੇਨਤੀਆਂ ਪ੍ਰਵਾਹ ਨਾ ਮਹਾਰਾਜ, ਚੁੱਪ ਚੀਤੇ ਨਿਕਲ ਜਾ ਕਹਿੰਦੇ ਦਇਆ ਸਿੰਘ ਆ, ਚੁੱਪ ਚੀਤੇ ਤੇ ਮੈਂ ਮੰਦਾਂ ਦਾ ਕਿਲਾ ਆਨੰਦਗੜ੍ਹ ਨਹੀਂ ਛੱਡਿਆ। ਮੇਰਾ ਸੁਭਾਅ ਲੁੱਕ ਕੇ ਜਾਣਦਾ ਨਹੀਂ, ਤਾੜੀ ਮਾਰਾਂਗਾ ਇੱਕ ਨਹੀਂ ਤਿੰਨ, ਨਗਾਰੇ ਵੱਜਣਗੇ ਜਿੱਦਾਂ ਪੀਰ ਚੱਲਿਆ ਦੇ, ਹੈ ਕਿਸੇ ਵਿੱਚ ਹਿੰਮਤ ਤੇ ਪਕੜ ਲਓ ਦੀਨ ਦੁਨੀਆਂ ਦੇ ਵਾਲੀ ਨੇ, ਲੈ ਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਨਾਲ ਚਾਲੇ ਪਾਏ। ਮਾਛੀ ਵਾੜੇ ਪਹੁੰਚੇ, ਮਾਛੀ ਵਾੜੇ ਦੇ ਵਿੱਚ ਉਹ ਦੀਨ ਦੁਨੀਆਂ ਦਾ ਵਾਲੀ ਤਖਤਾਂ ਤੇ ਸਟੇਜਾਂ ਤੇ ਵਿਸ਼ਰਾਮ ਕਰਨ ਵਾਲਾ, ਕੰਡਿਆਂ ਦੀ ਸੇਡ ਤੇ ਪਿੰਡ ਦਾ ਸਰਾਣਾ ਲਾ ਕੇ ਪਿਆ, ਸਭ ਕੁਝ ਉਜਾੜ ਕੇ ਵੀ ਕਹਿੰਦਾ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ ਦੁੱਧ ਪਿੰਨ ਰੋਗ, ਰਜਾਈਆਂ ਦਾ ਉਡਣ ਮੈਨੂੰ ਨਿੱਘੀਆਂ ਰਜਾਈਆਂ ਨਾਲੋਂ ਇਹ ਕੰਡੇ ਚੰਗੇ ਨੇ, ਕਿਉਂਕਿ ਹੇ ਗੁਰੂ ਨਾਨਕ ਤੂੰ ਅੱਗ ਸੰਗ ਹੈ। ਜੇ ਤੂੰ ਨਾ ਨੇੜੇ ਹੋਵੇ ਤੇ ਬੈਲ ਮਾੜੀਆਂ ਸੂਲਾਂ ਨੇ, ਮਹਿਲ ਮਾੜੀਆਂ ਨਾਗਾਂ ਦੇ ਸਰੀਰ ਤੇ ਪੈਰ ਰੱਖਣ ਵਾਲੀ ਸੇਧ ਹੈ, ਨਾਗਾਂ ਵਿੱਚ ਨਿਵਾਸ ਕਰਨ ਦੇ ਬਰਾਬਰ ਹੈ। ਜੇ ਤੂੰ ਨੇੜੇ ਨਹੀਂ, ਤੂੰ ਨੇੜੇ ਹੈ ਤੇ ਝੌਂਪੜੀ ਵੀ ਜੀਤ ਮਹਿਲ ਹੈ, ਇਹ ਹੈ ਅੰਦਰ ਦਾ ਖੇੜਾ। ਚਲੋ ਇੱਥੋਂ ਚੱਲੇ ਨੇ, ਉੱਠਦੇ ਪੀਰ ਵੀ ਬਣੇ, ਜਿਵੇਂ ਕਾਂਗੜ ਪਹੁੰਚੇ ਸ਼ਮੀਰ ਹੋਣਾ ਦੇ ਕੋਲ, ਸ਼ਮੀਰ ਹੋਣਾ ਦੇ ਕੋਲ ਰਾਏ ਜੋਧ ਬੜਾ ਤਕੜਾ ਸੂਰਮਾ ਸੀ, ਕਿਵੇਂ ਪਾਤਸ਼ਾਹ ਦੇ ਸਮੇਂ ਜਿਹਨੇ ਤੀਸਰੇ ਜੰਗ ਵਿੱਚ ਬੜੇ ਕਰੜੇ ਹੱਥ ਵਿਖਾਏ ਸੀ ਗੁਰਾਂ ਦੇ ਨਾਲ ਰਲ ਕੇ ਮੁਗਲੀਆ ਸਲਤਨਤ ਨੂੰ, ਉਹਦੇ ਤਿੰਨ ਬੱਚੇ ਨੇ, ਉਹਨਾਂ ਦੀ ਛੋਟੀ ਜੀ ਰਿਆਸਤ ਕਾਂਗੜ ਪਹੁੰਚੇ ਨੇ। ਇੱਥੇ ਫਿਰ ਔਰੰਗਜ਼ੇਬ ਵੱਲੋਂ ਇੱਕ ਨਾਮਾ ਚਿੱਠੀ ਮਿਲੀ ਹੈ, ਕਿਉਂਕਿ ਔਰੰਗਜ਼ੇਬ ਨੂੰ ਕੁੱਲ ਕਾਇਨਾਤ ਨੇ ਲਾਂਘਤਾਂ ਪਾਈਆਂ, ਪਹਿਲਾਂ ਤੂੰ ਪਿਤਾ ਸ਼ਹੀਦ ਕੀਤਾ ਤੇ ਤੈਨੂੰ ਦਿੱਲੀ ਦੇ ਵਿੱਚ ਨੀਂਦ ਨਹੀਂ ਆਈ, ਤੂੰ ਦੱਖਣ ਚਲਿਆ ਗਿਆ, ਅੱਜ ਤੂੰ ਔਰੰਗਜ਼ੇਬ ਹੋ ਸਕਦਾ ਜੰਗ ਜਿੱਤ ਗਿਆ ਹੋਵੇ ਚਾਲੀਆਂ ਤੋਂ, ਪਰ ਮਕਸਦ ਆ ਗਿਆ। ਤੇਰਾ ਮਕਸਦ ਸੀ 10 ਲੱਖ ਦੇ ਘੇਰੇ ਨਾਲ ਕਲਗੀ ਧਰ ਨੂੰ ਪਕੜਨਾ, ਜਿਉਂਦਿਆਂ ਜਾਂ ਮਰਿਆ, ਜਿਉਂਦਿਆਂ ਜਾਂ ਖਤਮ ਕਰਕੇ, ਤੇ ਤੂੰ 4 ਲਾਲ ਸ਼ਹੀਦ ਕਰ ਦਿੱਤੇ, 40 ਭੁੱਖੇ ਭਾਣੇ ਸਿੰਘ ਸ਼ਹੀਦ ਕਰ ਦਿੱਤੇ, ਤੇ ਤੇਰੀ ਗਿੱਦੜਾਂ ਦੀ ਧਾਰ ਤੋਂ ਸ਼ੇਰ ਫਿਰ ਨਹੀਂ ਕਾਬੂ ਆਇਆ। ਲਾਂਘਤਾਂ ਪਾਈਆਂ ਨੇ ਦਰਬਾਰੀਆਂ ਨੇ ਵੀ ਲਾਂਘਤਾਂ ਪਾਈਆਂ, ਸਾਡੇ ਹੀ ਬੱਤੇ ਬਰਮਾਉਣੇ ਸੀ ਤੇ ਮਾਰਨਾ ਬੱਤਿਆਂ ਨੂੰ ਸੀ, ਸ਼ੇਰ ਤੇ ਹੱਥ ਨਾ ਲੱਗਾ ਰੰਗਿਆ। ਨਮੋਸ਼ੀ ਵਿੱਚ ਇੱਕ ਚਿੱਠੀ ਲਿਖੀ ਹੈ ਕਲਗੀ ਧਰਦੀ, ਮੈਂ ਤੁਹਾਡੇ ਚਰਨਾਂ ਵਿੱਚ ਆ ਕੇ ਭੁੱਲ ਬਖਸ਼ਾ ਕੇ ਨੇੜਤਾ ਕਰਨੀ ਚਾਹੁੰਦਾ, ਤੇ ਮੈਨੂੰ ਇਸ ਇਲਾਕੇ ਵਿੱਚ ਆਉਂਦਿਆਂ ਡਰ ਵੀ ਲੱਗਦਾ, ਤੁਹਾਡੇ ਸਿੰਘਾਂ ਨੂੰ ਰੋਸ ਬੜਾ ਹੈ ਮੇਰਾ ਨੁਕਸਾਨ ਨਾ ਹੋ ਜਾਵੇ, ਤੇ ਜੇ ਤੁਸੀਂ ਕਿਰਪਾ ਕਰਕੇ ਦਰਸ਼ਨ ਬਖਸ਼ ਦਿਓ ਜਾਂ ਮੈਂ ਆ ਜਾਵਾਂ। ਬਹਿ ਕੇ ਵਿਚਾਰ ਹੋ ਸਕਦੀ ਹੈ, ਦੂਰੀਆਂ ਮਿਲ ਸਕਦੀਆਂ,
ਕਲਗੀ ਧਰ ਨੇ ਜਦੋਂ ਇਹ ਖੱਤ ਪੜਿਆ, ਦੀਨ ਦੁਨੀਆਂ ਦੇ ਵਾਲੀ ਕਿਸੇ ਰੰਗ ਦੇ ਵਿੱਚ ਜਗਮਗਾ ਰਹੇ ਨੇ, ਨੂਰ ਵਿੱਚ ਲਵਾ ਲੱਭ ਨੇ, ਖਬਰਾਂ ਪਹੁੰਚ ਗਈਆਂ ਵੀ ਛੋਟੇ ਮੋਤੀ ਵੀ ਨਹੀਂ ਰਹੇ, ਵੱਡੇ ਤੂੰ ਹੱਥੀ ਵਾਰ ਆਇਆ ਛੋਟੇ ਨਹੀਂ ਰਹੇ, ਮਾਂ ਗੁਜਰੀ ਸ਼ਹੀਦ ਕਰ ਚੁੱਕੀ ਹੈ। ਨੂਰ ਵਿੱਚ ਆਖਣ ਲੱਗਾ ਸੀ ਬਾਪੂ ਕਲਗੀ ਧਰ, ਕਹਿੰਦਾ ਕੀ ਹੋਇਆ, 9 ਸਾਲ ਦੀ ਉਮਰ ਵਿੱਚ ਸ਼ਹੀਦ ਦਾ ਸਪੁੱਤਰ ਅਖਵਾਇਆ ਤੇ ਅੱਜ ਪਰ ਜਵਾਨੀ ਹੈ, ਅੱਜ ਸ਼ਹੀਦ ਬੱਚਿਆਂ ਦਾ ਬਾਪ ਅਖਵਾ ਰਿਹਾ, ਸ਼ਹੀਦ ਮਾਤਾ ਦਾ ਸਪੁੱਤਰ ਅਖਵਾ ਰਿਹਾ। ਜਦੋਂ ਖਬਰ ਸੁਣੀ ਹੈ ਨਿੱਕੇ ਬੱਚਿਆਂ ਦੀ ਸ਼ਹਾਦਤ ਦੀ, ਤੇ ਦੀਨ ਦੁਨੀਆਂ ਦਾ ਵਾਲੀ ਕਹਿੰਦਾ ਇੰਤਹਾ ਹੋ ਗਈ ਹੈ ਪਾਪ ਦੀ, ਬੇੜੀ ਭਰ ਗਈ ਹੈ ਪਾਪ ਦੀ, ਇਹ ਬੇੜੀ ਵਿੱਚ ਹੁਣ ਫੇਸ ਕਰਨਾ ਪਵੇਗਾ। ਔਰ ਅੱਗੇ ਦਾ ਪਿਛਲਾ ਜਪ ਤਪ ਬੜਾ ਪਰ ਨਸ਼ਟ ਕਰ ਲਿਆ ਇਹਨੇ ਪਾਪ ਕਰਕੇ। 5 ਵਕਤ ਦਾ ਨਮਾਜ਼ੀ ਹੈ, ਹੱਥੀ ਕੁਰਾਨਾਂ ਦੇ ਉਲੱਥੇ ਕਰ ਕਰਕੇ ਵੰਡਦਾ ਹੈ। ਐਸਾ ਬਾਦਸ਼ਾਹ ਸੀ, ਕਦੇ ਮੁਜਰਾ ਦੇ ਗੀਤ ਨਹੀਂ ਸੀ ਕੰਨਾਂ 'ਚ ਪੈਣ ਦਿੱਤੇ, ਕਦੇ ਸ਼ਰਾਬ ਨੂੰ ਮੂੰਹ ਨਹੀਂ ਸੀ ਲਾਇਆ, ਸਤਪੁਰਸ਼ ਸਮਝਿਆ ਜਾਂਦਾ ਸੀ। ਪਰ ਹਵਸ ਐਸੀ ਪੈਦਾ ਹੋਈ ਕਖਤ ਦੀ, ਭਰਾ ਮਾਰ ਲਏ, ਪਿਓ ਮਾਰ ਲਿਆ, ਭਤੀਜੇ ਮਾਰ ਦਿੱਤੇ, ਇੱਕੋ ਇੱਕ ਭੈਣ ਹੈ ਉਹਦਾ ਖਸਮ ਮਾਰ ਲਿਆ, ਉਹ ਸਾਰੀ ਉਮਰ ਜੇਲ੍ਹ ਵਿੱਚ ਕੱਟੀ ਪੀਣੀ ਮਰ ਗਈ। ਤਖਤ ਦੀ ਹਵਸ ਪੈਦਾ ਹੋਈ, ਹੌਲੀ ਹੌਲੀ ਦੁਨੀਆਂ 'ਤੇ ਆਪਣੇ ਵਰਗੇ ਸ਼ਾਸਕਾਂ ਦਾ, ਇਸਲਾਮ ਦਾ ਝੰਡਾ ਬੁਲੰਦ ਕਰਨ ਦੀ ਰੀਤ ਪੈਦਾ ਹੋਈ। ਇਹ ਰੀਤ ਨੇ ਪਾਪ ਬੜੇ ਕਰਵਾਏ ਨੇ, ਸਮਾਂ ਆ ਗਿਆ ਇਹਦੀ ਬੇੜੀ ਨੂੰ ਡੋਬਣ ਦਾ, ਸਿੱਖੋ ਇਹ ਮੇਲ ਹੋਇਆ, ਮੈਂ ਇਹਨੂੰ ਤਲਵਾਰ 'ਤੇ ਤੀਰ ਨਾਲ ਮਾਰਿਆ, ਇਹਦੀ ਤੇ ਮੁਕਤੀ ਹੋ ਜਾਵੇ। ਜਿਵੇਂ ਤੇ ਹਰੇ ਦੋਜ਼ਖ ਦੀ ਅੱਗ ਭੋਗਣੀ ਹੈ, ਕਹਿੰਦੇ ਆਪਣੇ ਬਹਾਦਰ ਸ਼ਾਹ ਨੂੰ ਪੁੱਤਰ ਨੂੰ ਇੱਕ ਚਿੱਠੀ ਲਿਖੀ ਸੀ ਔਰੰਗਜ਼ੇਬ ਨੇ, ਉਮਰ ਬੜੀ ਹੋ ਗਈ ਹੈ, ਬਜ਼ੁਰਗੀ ਵਿੱਚ 90 ਵਰਿਆਂ ਤੋਂ ਉੱਤੇ ਉਮਰ ਹੋ ਗਈ ਹੈ, ਤੇ ਚਿੱਠੀ ਲਿਖੀ ਜਦੋਂ ਇਹ ਸਾਕੇ ਹੋ ਗਏ ਨਾ, ਮੈਨੂੰ ਬੱਚਿਆਂ ਨੀਂਦ ਨਹੀਂ ਆਉਂਦੀ, ਲਾਲ ਕਿਲੇ ਚੋਂ ਪੁਰਾਣੇ ਸਮੇਂ ਉਹਦੇ ਲੱਥੇ ਮਿਲ ਜਾਂਦੇ ਸਨ ਚਿੱਠੀ ਦੇ, ਬੱਚਿਆ ਮੈਨੂੰ ਨੀਂਦ ਨਹੀਂ ਆਉਂਦੀ, ਤੇ ਮੈਂ ਸੁਣਿਆ ਦੋਜ਼ਖ ਦੀ ਅੱਗ ਬੜੀ ਮਾੜੀ ਹੈ ਜਿਹੜੀ ਅਗਾਂਹ ਜਾ ਕੇ ਭੋਗਣੀ ਪੈਂਦੀ ਹੈ ਬੱਚਿਆ, ਪਰ ਕੀ ਦੱਸਾਂ ਅੱਗਾਂ ਤੇ ਕਿਸੇ ਨੇ ਵੇਖਿਆ ਨਹੀਂ, ਮੈਂ ਐਸੇ ਕਰਮ ਕੀਤੇ ਨੇ, ਮੈਂ ਜਿਉਂਦਿਆਂ ਜੀ ਦੋਜ਼ਖ ਦੀ ਅੱਗ ਵਿੱਚ ਰੋਜ਼ ਸੜਦਾ। ਪਾਪ ਕਰਕੇ ਨੀਂਦ ਆਉਂਦੀ ਹੈ ਬੰਦੇ, ਦੱਸੋ ਕਦਰ ਕਰਕੇ ਨੀਂਦ ਆਉਂਦੀ ਹੋਵੇਗੀ, ਕਿਸੇ ਕਿਸੇ ਦਾ ਘਰ ਉਜਾੜ ਕੇ ਲਾਂਬੂ ਲਾ ਕੇ ਨੀਂਦ ਆਉਂਦੀ ਹੋਵੇਗੀ, ਕਿਸੇ ਦੇ ਛੋਟੇ ਛੋਟੇ ਬੱਚੇ ਸ਼ਹੀਦ ਕਰਕੇ ਕਿਸੇ ਦੀ ਬੁਰਕੀ ਖੋ ਕੇ ਨੀਂਦ ਆਉਂਦੀ ਹੋਵੇਗੀ। ਇਹ ਚਿੱਠੀ ਲਿਖੀ ਸੀ ਉਹਨੇ, ਇਸੇ ਪਛਤਾਵੇ ਵਾਸੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਪੱਤਰ ਲਿਖਿਆ, ਸਿੱਖੋ ਮੈਂ ਤਲਵਾਰ ਤੇ ਤੀਰ ਦਾ ਵਾਰ ਕੀਤਾ, ਇਹਦੇ ਪਾਪ ਬੜੇ ਨੇ, ਇਹਦੀ ਮੁਕਤੀ ਹੋ ਜਾਵੇਗੀ, ਕੀ ਕਰਾਂ। ਕਹਿੰਦੇ ਪਾਤਸ਼ਾਹ ਤੁਸੀਂ ਸਰਬ ਸ਼ਕਤੀਮਾਨ ਦੇ, ਜੋ ਚਾਹੇ ਕਰ ਸਕਦੇ ਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਫਿਰ ਚਿੱਠੀ ਆਉਂਦੀ ਹੈ ਉਹਦਾ ਜਵਾਬ ਕਿਵੇਂ ਦਈਦਾ, ਸਿੱਖ ਕਹਿੰਦੇ ਵੀ ਚਿੱਠੀ ਨਾਲ, ਪੱਤਰ ਦਾ ਜਵਾਬ ਪੱਤਰ ਨਾਲ। ਪੁਰਾਣੇ ਸਮਿਆਂ ਦਾ ਫੋਨ ਨਹੀਂ ਸੀ, ਕੋਈ ਵਿਦੇਸ਼ ਜਾਂਦਾ ਸੀ, ਬੱਚੇ ਮਾਪਿਆਂ ਨੂੰ ਚਿੱਠੀ ਲਿਖਦੇ ਸੀ, ਇੱਥੋਂ ਫਿਰ ਮਾਪੇ ਲਿਖਦੇ ਸੀ। ਕਹਿੰਦੇ ਫਿਰ ਐਸੀ ਚਿੱਠੀ ਲਿਖਾਂਗਾ, ਇਸ ਕਾਂਗੜ ਨਗਰ ਦੇ ਵਿੱਚ ਐਸੀ ਕਲਮ ਵਾਹਵਾਂਗਾ ਜਿੱਥੇ ਮੇਰੀ ਤਲਵਾਰ ਦੀ ਧਾਰ ਦੁਨੀਆਂ ਨੇ ਵੇਖੀ ਹੈ, ਸਿੱਖੋ ਰਹਿੰਦੀ ਦੁਨੀਆਂ ਤੱਕ ਕਲਮ ਦੀ ਧਾਰ ਦੁਨੀਆਂ ਵੇਖੇ ਹੈ। ਦੁਨੀਆਂ ਤੇ ਕੋਈ ਐਸਾ ਕਵੀ, ਕੋਈ ਸਤਪੁਰਸ਼, ਕੋਈ ਸੰਤ ਔਰੰਗੇ ਨੂੰ ਕੋਈ ਤਲਵਾਰ ਨਹੀਂ ਕੱਟ ਸਕੀ, ਔਰੰਗਜ਼ੇਬ ਨੂੰ ਕੋਈ ਦੁਨੀਆਂ ਦਾ ਤੀਰ
ਚਲਨੀ ਨਹੀਂ ਕਰ ਸਕਿਆ, ਕਿਸੇ ਨੇਜੇ ਨੇ ਉਹਦੀ ਛਾਤੀ ਨਹੀਂ ਗਿਣੀ। ਤੇ ਜਿਸ ਦਿਨ ਬੁੱਧੀ ਵਿਪਰੀਤ ਚੱਲ ਪਈ, ਪਾਪ ਹਾਵੀ ਹੋ ਗਏ, ਤੇ ਬਾਣੀ ਨੂੰ ਕਿਤੇ ਧਿਆਨ ਨਾਲ ਪੜਿਓ, ਜ਼ਿੰਦਗੀ ਤੀਰੀ ਦਰਗਹਿ ਪਾਟੀ, ਤਿੰਨਾ ਮਰਨਾ ਭਾਈ, ਖਸਮ ਨੇ ਪਾੜ ਦਿੱਤੀ ਹੈ ਚਿੱਠੀ। ਤੇ ਕਹਿੰਦੇ ਸਿੱਖੋ ਐਸੀ ਕਲਮ ਵਾਹਾਂਗਾ, ਮੈਨੂੰ ਮਾਣ ਹੈ ਅਕਾਲ ਪੁਰਖ ਤੇ, ਕਿਉਂਕਿ ਮੈਂ ਆਪਣੀ ਬਾਣੀ ਨਹੀਂ ਲਿਖਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਮੌਤ ਦੀ ਚਿੱਠੀ ਖੁਦਾ ਲਿਖਣ ਲੱਗਾ, ਫਤਿਹ ਦੀ ਚਿੱਠੀ ਖੁਦਾ ਲਿਖਣ ਲੱਗਾ, ਜੋ ਰਿਜ ਪ੍ਰਭ ਹੋ ਸੋ ਕਹਾ, ਸੋ ਕਹਿਓ ਜਗ ਵਾਹੇ, ਮੈਂ ਕੁਝ ਨੀ ਚੌਬੀ ਸਾਹਿਬ ਕਰੋ, ਮੈਨੂੰ ਕੀ ਆਉਂਦਾ, ਇਹ ਤੇ ਖਸਮ ਆਖ ਰਿਹਾ, ਮੈਂ ਉਹ ਲਿਖ ਰਿਹਾ ਐਸੀ ਚਿੱਠੀ, ਕਹਿੰਦੇ ਮੈਂ ਲਿਖਾਂਗਾ ਖਸਮ ਤੇ ਭਰੋਸਾ। ਜਦੋਂ ਔਰੰਗੇ ਦੀ ਨਜ਼ਰੀ ਚੜ ਗਈ, ਜਿਹੜੇ ਔਰੰਗੇ ਨੂੰ ਤਲਵਾਰ ਨਹੀਂ ਕੱਟ ਸਕੀ, ਤੀਰ ਨਹੀਂ ਕੱਟ ਸਕਿਆ, ਨੇਜਾ ਨਹੀਂ ਵਿੰਨ ਸਕਿਆ, ਇਸ ਕਲਮ ਦੀ ਮਾਰ ਨਾਲ ਤਖ਼ਤ ਹੀ ਲੇਟ ਜਾਵੇਗਾ। ਤਲਵਾਰ ਦੀ ਧਾਰ ਤੁਸੀਂ 14 ਜੰਗਾਂ ਵਿੱਚ ਵੇਖੀ ਹੈ, ਹੁਣ ਜ਼ਫਰਨਾਮੇ ਦੀ ਧਾਰ ਚੱਕੇ, ਸਭ ਕੁਝ ਗਵਾ ਕੇ ਵੀ ਇੱਕ ਖੱਤ ਲਿਖਿਆ ਜਿਹਦਾ ਨਾਮ ਸੀ ਫਤਿਹ ਨਾਮਾ, ਜ਼ਫਰਨਾਮਾ। ਤੂੰ ਸਭ ਕੁਝ ਮੇਰਾ ਲੈ ਲਿਆ, ਪਰ ਮੈਂ ਫਿਰ ਵੀ ਜਿੱਤ ਗਿਆ ਔਰੰਗਿਆ, ਤੂੰ ਲਾਂਤੀ ਹੈ ਮੇਰੇ ਘਰ ਦੀ ਜੈ ਜੈਕਾਰ, ਸੋਨਾ ਸੋਨਾ ਤੂੰ ਪੱਥਰ ਰਵੇਗਾ। ਦੀਨ ਦੁਨੀਆ ਦੇ ਵਾਲੀ ਨੇ ਖੱਤ ਲਿਖਣਾ ਸ਼ੁਰੂ ਕੀਤਾ, ਔਰ ਕੀ ਲਿਖਦੇ ਨੇ, ਹਾਜ਼ਰੀ ਲਵਾ ਕੇ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜ਼ਫਰਨਾਮਾ ਹੈ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਇੱਕ ਅਦਵੈਤ ਰੂਪ ਪਰਮਾਤਮਾ ਹੁਕਮ ਸੱਤ, ਜਿਹਦਾ ਹੁਕਮ ਕਦੇ ਕੱਟਿਆ ਨਹੀਂ ਜਾ ਸਕਦਾ। ਤੇ ਇਸ ਚਿੱਠੀ ਤੇ ਕਿਉਂ ਲਿਖਿਆ ਔਰੰਗਿਆ, ਖਸਮ ਦਾ ਹੁਕਮ ਸੱਤ ਹੋਣ ਲੱਗਾ ਹੀ, ਤੂੰ ਮੜੀਆਂ ਵਿੱਚ ਜਾਣਾ। ਇਹ ਚਿੱਠੀ ਦਰਗਾਹ ਤੋਂ ਆਈ ਹੈ, ਤੇ ਜਦੋਂ ਉਹਦਾ ਹੁਕਮ ਆਉਂਦਾ ਨਾ, ਰਾਣਾ ਰਾਓ ਨਾ ਕੋਰ ਹੈ, ਰੱਜ ਨਾ ਤੁੰਗ ਫਕੀਰ, ਵਾਰੀ ਆ ਤੂੰ ਆਪਣੀ ਕੋਈ ਨਾ ਬੰਦਾ ਧੀਰ। ਔਰੰਗਿਆ ਤੇਰਾ ਹੁਕਮ ਤੇ ਕੱਟਿਆ ਜਾ ਸਕਦਾ, ਤੇਰਾ ਹੁਕਮ ਸੀ ਨਾ ਵੀ ਕਲਗੀ ਧਰਦਾ ਸਿਰ ਲਾ ਕੇ ਲੈ ਉਹ ਨੱਥਾ ਭਲਾ, ਪਰ ਅੱਜ ਹੁਕਮ ਸੱਤ ਹੋਣ ਲੱਗਾ। ਬਸ ਪੁਰਾਣੇ ਸਮੇਂ ਦੀ ਯਾਦ ਹੀ ਗਏ ਨੇ, ਰਾਮ ਨਾਮ ਸੱਤ ਹੈ, ਜਦੋਂ ਕੋਈ ਖਤਮ ਹੁੰਦਾ ਪੜ੍ਹਦੇ ਹੀ ਨਾ, ਹੁਕਮ ਸੱਤ ਹੈ, ਇਹ ਟਲਦਾ ਨਹੀਂ। ਔਰੰਗਿਆ ਹੁਕਮ ਆ ਗਿਆ ਜੀ, ਤੇਰਾ ਅੰਤ ਹੋਣ ਲੱਗਾ ਜੀ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਤੇ ਦੁਨੀਆਂ ਤੇ ਅਸਲ ਵਿੱਚ ਅੰਤ ਨੂੰ ਇੱਕੋ ਹੀ ਰਾਜਾ ਜਿੱਤਦਾ ਹੀ, ਉਹ ਰਾਜਾ ਕਾਲ ਹੀ ਮਹਾਕਾਲ ਹੀ, ਉਹ ਰਾਜਾ ਮੇਰਾ ਵਾਹਿਗੁਰੂ ਪਰਮਾਤਮਾ, ਉਹ ਨਹੀਂ ਕਦੇ ਮਰਿਆ, ਉਹਨੂੰ ਕਦੇ ਨਹੀਂ ਜਿੱਤ ਸਕਿਆ। ਤੇ ਦੂਸਰਾ ਕਾਰਨ ਇਹ ਸੀ ਵੀ ਇਹ ਚਿੱਠੀ ਵਿੱਚ ਹੁਕਮ ਹੈ ਅਕਾਲ ਦਾ, ਤੇਰੀ ਮੌਤ ਲਿਖੀ ਹੈ, ਤੇ ਪ੍ਰਾਣ ਓਨਾ ਚਿਰ ਨਹੀਂ ਲਿਖਣੇ ਜਿੰਨਾ ਚਿਰ ਤੂੰ ਇਹ ਨਾ ਆਖਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇਰੀ ਫਤਿਹ ਤੇ ਹਿੰਦੁਸਤਾਨ ਦੀ ਧਰਤੀ ਤੱਕ ਹੀ ਹੈ ਨਾ, ਦੁਨੀਆਂ ਤੇ ਨਹੀਂ, ਪਰ ਉਹਦੀ ਫਤਿਹ ਸਾਰੀ ਦੁਨੀਆਂ ਵਿੱਚ ਹੈ। ਉਹਨੇ ਕਹਿੰਦੇ ਇਹ ਪੜਿਆ ਨਹੀਂ ਸੀ, ਆ ਨਹੀਂ ਪੜਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸੋਚਦਾ ਸੀ ਵੀ ਭਰਿਆ ਦਰਬਾਰ ਹੈ, ਕਾਜੀ ਬੈਠੇ ਨੇ, ਮੈਂ ਫਤਿਹ ਬੁਲਾ ਦਿੱਤੀ, ਸਾਰੀ ਉਮਰ ਦੇ ਕਰਮ ਧਰਮ ਮਿੱਟੀ ਚ ਮਿਲ ਜਾਣੇ, ਮੈਂ ਤੇ ਮੁਸਲਮਾਨ। ਕਿਸੇ ਸਿਆਣੇ ਕਾਜੀ ਨੇ ਸਲਾਹ ਦਿੱਤੀ ਸੀ ਔਰੰਗਿਆ, ਗਿਆਨ ਨਹੀਂ ਛੁੱਟਣੀ, ਫਤਿਹ ਲੇਖੀ ਦੇ ਬੋਲ ਨਹੀਂ ਸਕਦਾ, ਤੇ ਕਾਗਜ਼ ਤੇ ਫਤਿਹ ਲਿਖ ਕੇ ਪ੍ਰਾਣ ਨਿਕਲੇ ਸੀ। ਜਿਵੇਂ ਜਿਵੇਂ ਜ਼ਫਰਨਾਮੇ ਦੀਆਂ ਅਕਾਇਤਾਂ 12 ਨੇ ਪੜ੍ਹਦਾ ਗਿਆ, ਤਿਵੇਂ ਤਿਵੇਂ ਤਖ਼ਤ ਤੇ ਲੇਟਦਾ ਗਿਆ, ਉਸ ਦਿਨ ਤੋਂ ਕਦੇ ਕਦਮਾਂ ਤੇ ਇਹ ਚੱਲ ਨਹੀਂ ਸਕਿਆ। ਐਸੀ ਤਾਕਤ ਸੀ ਕਲਗੀਧਰ ਦੀ ਕਲਮ ਦੇ ਉੱਤੇ,
ਕਹਿੰਦੇ ਉਹਦੀ ਸਦਾ ਫਤਿਹ ਹੈ। ਉਹ ਕਦੇ ਵੀ ਹਾਰ ਨਹੀਂ ਮੰਨਦਾ, ਹੁਕਮ ਉਹਦਾ ਸੱਚਾ, ਦੁਨੀਆਂ 'ਤੇ ਕੋਈ ਕੱਟ ਨਹੀਂ ਸਕਦਾ। ਨਰ ਚਾਹਤ ਕਛ ਔਰ ਔਰੇ ਕੀ ਔਰੇ ਭਾਈ, ਤੂੰ ਲੱਖਾਂ ਵਿਚਾਰ ਕਰ ਲਾ, ਕਿਤਮਨੀਆਂ ਕਰ ਲੈ, ਤੇਰੀ ਨਹੀਂ ਚੱਲਣੀ, ਉਹਦਾ ਹੁਕਮ ਸੱਚ ਹੈ। ਜ਼ਫਰਨਾਮਾ ਹੈ, ਜ਼ਫਰ ਫਤਿਹ, ਜਿੱਤ ਨਾਮਾ ਚਿੱਠੀ, ਅਤੇ ਕਿੱਥੋਂ ਆਈ ਹੈ? ਸ਼੍ਰੀ ਮੁਖਵਾਕ ਦੀਨ ਦੁਨੀਆਂ ਦਾ ਸਭ ਤੋਂ ਵੱਡਾ ਪੈਗੰਬਰ ਖਸਮ ਦਾ ਦਸਵਾਂ ਜਾਮਾ ਪਹਿਨ ਕੇ ਆਇਆ ਗੁਰੂ ਗੋਬਿੰਦ ਸਿੰਘ ਅਤੇ ਕਮਲ ਮੁਖ ਤੋਂ, ਮੁਖਾਰ ਬਿੰਦ ਤੋਂ। ਉਹ ਦੀਨ ਦੁਨੀਆਂ ਦਾ ਵਾਲੀ ਕੁੱਟਿਆਂ ਭੱਜਿਆਂ ਨੂੰ ਹੌਸਲਾ ਦੇਣ ਲਈ ਜ਼ਫਰਨਾਮਾ ਲਿਖਿਆ ਵੀ ਕੀ ਹੋਇਆ, ਸਾਰੇ ਗਵਾਚ ਜਾਣ, ਪਰ ਚੜ੍ਹਦੀ ਕਲਾ ਵਿੱਚ ਰਹੋ, ਆਨੰਦ ਵਿੱਚ ਰਹੋ। ਕੋਈ ਜੰਮਿਆਂ ਅਤੇ ਸਿੱਖਾਂ ਦੇ ਘਰ ਆਨੰਦ ਹੈ, ਪੜ੍ਹਦੇ ਦਿਨਾਂ ਆਨੰਦ ਸਾਹਿਬ ਕਿੱਥੇ ਦੇ ਵਿਆਹ ਹੋਈ, ਕਾਕੇ ਦਾ ਵਿਆਹ ਹੋਇਆ ਅਤੇ ਆਨੰਦ ਹੈ। ਜਿਸ ਦਿਨ ਭਠਾਰੀ ਦਾ ਬੱਚਾ, ਭਾਈ ਭਠਾਰੀ ਦਾ ਬੱਚਾ ਚੜ੍ਹਾਈ ਕਰ ਗਿਆ, ਕਹਿੰਦਾ ਲਓ 5 ਰੁਪਈਏ, ਅੱਜ ਫਿਰ ਕੀ ਪੜ੍ਹੀਏ ਜੀ, ਕਹਿੰਦਾ ਅੱਜ ਵੀ ਪੜ੍ਹਦੇ ਹੋ ਆਨੰਦ ਭਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਆਨੰਦ ਹੀ ਆਨੰਦ ਹੈ। ਜ਼ਫਰਨਾਮਾ ਆਨੰਦ ਬਖਸ਼ਦਾ ਹੈ। ਦੀਨ ਦੁਨੀਆਂ ਦੇ ਵਾਲੀ ਨੇ, ਪਾਤ ਦਾ ਮਤਲਬ ਹੁੰਦਾ ਤਖਤ, ਗੁਰੂ ਨਾਨਕ ਦਾ ਤਖਤ। ਵੈਸੇ ਤੇ ਅਸੀਂ ਗੱਦੀ ਕਹਿੰਦੇ ਸੀ, ਪਰ ਇਹ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਵੀ ਕੋਈ ਤਖਤ ਤੇ ਨਾ ਮਵੇ, ਤੇ ਗੁਰਾਂ ਨੇ ਗੱਦੀ ਦਾ ਨਾਮ ਰੱਖ ਦਿੱਤਾ ਤਖਤ। ਕਹਿੰਦਾ ਘੋੜੇ ਨਾ ਰੱਖੋ, ਅਸੀਂ ਅਰਬੀ ਰੱਖਣੇ, ਨਗਾਰਾ ਨਾ ਵਜੇ, ਕਹਿੰਦੇ ਰਣਜੀਤ ਨਗਾਰਾ ਵਜਾਵਾਂਗੇ। ਜਿਹੜੇ ਜਿਹੜੇ ਕਾਰਜਾਂ ਤੋਂ ਮੁਗਲ ਡੱਕਦੇ ਸੀ, ਗੁਰਾਂ ਉਹ ਕੀਤਾ ਸੀ। ਆਜ਼ਾਦ ਹੁੰਦੇ ਇਹੀ ਨਿਸ਼ਾਨ ਹੁੰਦੇ, ਪਾਤ ਤਖਤ ਸ਼ਾਹੀ, ਵਿਰਾਜਮਾਨ ਹੋਣ ਵਾਲਾ ਸ਼ਾਹ ਬਾਦਸ਼ਾਹ ਕੌਣ ਹੈ? ਦਸਵਾਂ ਗੁਰੂ ਗੋਬਿੰਦ, ਗੁਰੂ ਨਾਨਕ ਦੇ ਤਖਤ ਤੇ ਬੈਠਾ। ਆਰੰਭਤਾ ਕਰੀਏ, ਕਮਾਲੇ ਕਰਾਮਤ ਕਾਇਮ ਕਰੀ, ਰਸਾ ਬਖਸ਼ ਰਾਸਕ ਹਾਕੋ ਰਹੀ। 12 ਮੱਦਾਂ ਵਿੱਚ, 12 ਸ਼ੇਰਾਂ ਵਿੱਚ ਦੀਨ ਦੁਨੀਆਂ ਦੇ ਵਾਲੀ ਨੇ, ਦਸਮ ਪਾਤਸ਼ਾਹ ਨੇ ਪਰਮਾਤਮਾ ਦੀ ਸਲੋਤਾ ਕੀਤੀ ਹੈ ਸ਼ੁਰੂ ਵਿੱਚ, ਜਿਵੇਂ ਮੰਗਲ ਲਿਖਿਆ ਜਾਂਦਾ। ਵੇਖੋ 12 ਕਾਇਦਾਂ ਨੇ। ਪਹਿਲੀ ਹਕਾਇਤ ਦਾਸਤਾਨ ਹੈ। ਆਪਾਂ ਦਾਸਤਾਨ ਦੀ ਕਥਾ ਇਹਨਾਂ 10 ਦਿਨਾਂ ਵਿੱਚ ਸੰਪੂਰਨ ਕਰਨੀ ਹੈ ਵੀ ਵੇਖ ਕਲਗੀ ਧਰ ਕਹਿੰਦੇ ਤੂੰ ਮੇਰੇ ਬੱਚੇ ਸ਼ਹੀਦ ਕਰਦੇ ਨੇ, ਮੇਰਾ ਵਸਦਾ ਰਸਦਾ ਘਰ ਤੂੰ ਖੋਇਆ, ਪਰ ਮੇਰੇ ਖਸਮ ਨੂੰ ਰੱਬ ਨੂੰ ਮੇਰੇ ਨਹੀਂ ਖੋ ਸਕਿਆ। ਜੇ ਉਹ ਖੋਲ ਹੈ ਤੇ ਮੇਰੇ ਲਈ ਮਾਛੀਵਾੜੇ ਦੇ ਜਿਹੜੇ ਜੰਗਲ ਨੇ ਇਹ ਵੀ ਠੀਕ ਮਹਿਲ ਉਸਤਤ ਕਰਦੇ ਨੇ। ਜਿਹੜੇ ਖਸਮ ਨੇ ਮੈਨੂੰ ਬਚਾਇਆ, ਕਹਿੰਦੇ ਧਿਆਨ ਦੇ ਔਰੰਗਿਆ ਕਮਾਲੇ ਕਰਾਮਾਤ ਕਾਇਮ ਕਰੀਮ, ਤਮਾਮ ਪੂਰਨ ਤੌਰ ਤੇ ਕਮਾਲ, ਜਿਹਦੇ ਵਰਗਾ ਕਮਾਲ ਹੀ ਕੋਈ ਨਹੀਂ, ਜਿਹਦੇ ਵਰਗੀ ਕਰਾਮਾਤ ਹੀ ਸ਼ਕਤੀ ਕਿਸੇ ਕੋਲ ਨਹੀਂ, ਪੂਰਨ ਤੌਰ ਤੇ ਸ਼ਕਤੀਮਾਨ। ਦੇਖੋ ਕ੍ਰਿਸ਼ਨ ਜੀ ਆਏ, ਰਾਮ ਜੀ ਆਏ, 14 ਕਲਾਂ ਸੰਪੂਰਨ, ਕ੍ਰਿਸ਼ਨ ਜੀ 16, ਆਪ ਨਾਰਾਇਣ ਕਲਾ ਧਾਰ ਤੇ ਸਾਰੀ ਤਾਕਤ ਲੈ ਕੇ ਗੁਰੂ ਨਾਨਕ ਸਾਹਿਬ ਆਏ। ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਉਹ ਜਿਹੜਾ ਖਸਮ ਹੈ ਉਹ ਕਮਾਲ ਦੀ ਤਾਕਤ ਹੈ, ਪਰਿਪੂਰਨ ਹੈ, ਸ਼ਕਤੀ ਬੜੀ ਹੈ ਉਹਦੇ ਵਿੱਚ। ਕਾਇਮ ਉਹ ਸਦਾ ਸਥਿਤ ਹੈ, ਉਹਦੇ ਪੈਰ ਨਹੀਂ ਕੋਈ ਪੁੱਟ ਸਕਦਾ, ਭਟਿਕ ਹੈ, ਅਡੋਲ ਹੈ। ਆਦਿ ਸੱਚ ਪਿੱਛੇ ਵੀ ਸੀ, ਜੁਗਾਦ ਸੱਚ ਹੈ, ਧੀ ਸੱਚ ਅੱਜ ਵੀ ਹੈ, ਨਾਨਕ ਹੋਸੀ ਧੀ ਸੱਚ, ਅਸੀਂ ਰਹੇ ਜਾਂ ਨਾ ਰਹੇ ਉਹ ਰਹੇਗਾ, ਉਹ ਅਸਥਿਤ ਹੈ, ਉਹ ਖਤਮ ਨਹੀਂ ਕਦੇ ਹੋ ਸਕਦਾ। ਕਰੀਮ ਸਖੀ ਕਿਰਪਾ ਬੜੀ ਕਰਦਾ, ਜਿਹੜਾ ਵੀ ਉਹਦੇ ਦਰ ਤੇ ਆ ਜਾਵੇ। ਆ ਤੁਸੀਂ ਕਿੰਨੇ ਦੀਨ ਦੁਨੀਆਂ ਦੇ ਵਾਲੀ ਬਾਲਾ ਪ੍ਰੀਤਮ ਦੇ ਦਰ ਤੇ ਆ ਕੇ ਰੋਜ਼ ਗਲ ਵਿੱਚ ਪਰਨੇ ਪਾ ਕੇ ਧੀਕ ਮੰਗਦੇ, ਅਸੀਂ ਮੰਗਦੇ ਕਿ ਨਹੀਂ, ਇੱਥੋਂ ਮੰਗਦੇ, ਤੇ ਸਾਡੀਆਂ ਮੰਗਾਂ ਵੱਖੋ ਵੱਖ ਨੇ।
ਕੋਈ ਐਸਾ ਦਰ ਨਹੀਂ ਹੈ, ਕੋਈ ਬੰਦਾ ਜਿਹੜਾ ਹਰ ਬੰਦੇ ਦੀ ਮੁਰਾਦ ਪੂਰੀ ਕਰੇ, ਪਰ ਇੱਥੋਂ ਹੁੰਦੀ ਹੈ। ਤੂੰ ਕਰੀਮ ਹੈ, ਤੂੰ ਕਿਰਪਾਲੂ ਹੈ, ਤੇਰੇ ਦਰ ਦੇ ਤੋਂ ਕਿਰਪਾ ਹੁੰਦੀ ਹੈ। ਰਜ਼ਾ ਬਖਸ਼ ਰਾਜ਼ਕ ਰਹਾਕੋ ਰਹੀ, ਰਜ਼ਾ ਕਹਿੰਦੇ ਮੇਰੇ ਬੱਚੇ ਸ਼ਹੀਦ ਹੋ ਗਏ ਨੇ, ਮੇਰੇ ਪਾਸ ਕੁਝ ਨਹੀਂ ਰਿਹਾ, ਪਰ ਪਰਮਾਤਮਾ ਨੇ ਮੈਨੂੰ ਰਜ਼ਾ ਭਾਣਾ ਮੰਨਣ ਦੀ ਤਾਕਤ ਬਖਸ਼ੀ ਹੈ। ਜਿਸ ਦਿਨ ਇਹ ਚਾਰ ਦੁਨੀਆ ਤੇ ਆਏ ਮੈਂ ਆਨੰਦ ਵਿੱਚ ਸੀ, ਅੱਜ ਚਲੇ ਗਏ ਨੇ ਮੈਂ ਆਨੰਦ ਵਿੱਚ ਆ, ਕਹਿੰਦੇ ਉਹ ਭਾਣਾ ਮੰਨਣ ਦਾ ਬਲ ਬਖਸ਼ਦਾ, ਸ਼ਕਤੀ ਬਖਸ਼ਦਾ ਹੈ। ਰਾਜ਼ਕ ਰਹਾਕੋ ਰਹੀਮ, ਰਜ਼ਾ ਬਖਸ਼ ਰਾਜ਼ਕ, ਆਖਣ ਲੱਗੇ ਰਾਜ਼ਕ ਰਿਜ਼ਕ ਦੇਣ ਵਾਲਾ। ਪੱਥਰਾਂ ਚ ਵੀ ਦਾਣੇ ਕੀੜਿਆਂ ਤੱਕ ਲੈ ਜਾਂਦਾ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਘਰ ਜਿਕ ਆਗੇ ਕਰ ਘਰਿਆ। ਨਾਲ ਆਪਾਂ ਇਸ਼ਕ ਦੇਵ ਨੂੰ ਦੀਨ ਦੁਨੀਆਂ ਦੇ ਵਾਲੀ ਗੁਰੂ ਗ੍ਰੰਥ ਸਾਹਿਬ ਦੇ ਚਾਨਣੇ ਵਿੱਚ ਨਾਲ ਉਹਨਾਂ ਨੂੰ ਲੈ ਕੇ ਚੱਲਣਾ। ਆਖਣ ਲੱਗੇ ਉਹ ਰਿਜ਼ਕ ਦੇਣ ਵਾਲਾ, ਉਹ ਸਾਰਿਆਂ ਨੂੰ ਦੁਨੀਆਂ ਦੇ ਉੱਤੇ ਰਿਜ਼ਕ ਦਿੰਦਾ। ਕਈ ਵਾਰ ਹਨੇਰੀ ਚੱਲੇ ਨਾ, ਕਈ ਕਹਿੰਦੇ ਅੱਖਾਂ ਤੋਂ ਚੰਗੀ ਕਰਨ ਵਾਲਾ। ਉਹ ਦਸਤਗੀਰ, ਦਸਤ ਕਹਿੰਦੇ ਨੇ ਹੱਥ ਨੂੰ ਤੇ ਗੀਰ ਕਹਿੰਦੇ ਨੇ ਪਕੜਨਾ। ਜਿੱਦਾਂ ਤੂੰ ਹੱਥ ਫੜਦਾ ਨਾ, ਕਮਾਲ ਦੀ ਤੇਰੀ ਪਕੜ ਹੈ। ਜਿਹਦਾ ਹੱਥ ਤੂੰ ਇੱਕ ਵਾਰ ਫੜ ਲਿਆ, ਤੂੰ ਕਦੇ ਨਹੀਂ ਛੱਡਿਆ। ਤੁਸੀਂ ਬਦਾਵਾ ਦਿੱਤਾ ਸੀ ਨਾ, ਆਪਾਂ ਬਦਾਵਾ ਦਿੱਤਾ ਸੀ ਨਾ, ਭੁੱਖ ਤੋਂ ਤੰਗ ਆ ਕੇ ਪਰਿਵਾਰ ਗਵਾ ਲਿਆ, ਆਨੰਦਾਂ ਦੀ ਪੂਰੀ ਗਵਾ ਲਈ, ਕਿਲੇ ਤਖਤੋਂ ਤਾਜ ਗਵਾਚ ਗਏ ਸਿੱਖਾਂ, ਤੇਰਾ ਬਦਾਵਾ ਸਰਸਾ ਵਿੱਚ ਵੀ ਨਹੀਂ ਗਵਾਚਣ ਦਿੱਤਾ, ਕਮਰ ਕਸੇ ਵਿੱਚ ਬੰਨ ਕੇ ਰੱਖਿਆ। ਜਾਣਦਾ ਇਹਨਾਂ ਮੇਰੇ ਦਰ ਤੇ ਆਉਣਾ ਤੇ ਮੈਨੂੰ ਇਹ ਪਾੜਨਾ ਪੈਣਾ। ਇਹਨੂੰ ਕਹਿੰਦੇ ਨੇ ਦਸਤਗੀਰ, ਇੱਕ ਵਾਰ ਬਾਂਹ ਜਿਹੜੀ ਫੜ ਲੈਂਦਾ ਫਿਰ ਸਾਥ ਨਹੀਂ ਛੱਡਦਾ ਲੋਕ ਪਰਲੋਕ ਵਿੱਚ। ਅੱਜ ਕੱਲ੍ਹ ਹੱਥ ਕਿੱਦਾਂ ਫੜਦੇ ਨੇ, ਇੱਕ ਸ਼ੁੱਧ ਜੀ ਉਦਾਹਰਣ ਲੈ ਲਵੋ, ਵਿਆਹ ਹੋ ਜਾਂਦਾ ਨਵਾਂ ਤੇ ਕਿਸੇ ਦੂ ਵੀਰ ਨੇ ਸੱਤ ਫੇਰੇ ਲਏ, ਕਿਸੇ ਗੁਰੂ ਕੇ ਸਿੱਖ ਨੇ ਚਾਰ ਫੇਰੇ ਲਏ, ਤੇ ਕਿਸੇ ਨੇ ਨਿਕਾਹ ਕੀਤਾ, ਕੋਈ ਕੋਰਟ ਵਿੱਚ ਕੋਰਟ ਮੈਰਿਜ ਕਰਾਉਣ ਚਲਿਆ ਗਿਆ, ਤੇ
ਹੈਰਾਨੀ ਉਦੋਂ ਹੁੰਦੀ ਹੈ ਵੀ ਮਹੀਨਾ ਵੀ ਨਹੀਂ ਕੱਢਦੇ। ਕਈਆਂ ਜਨਮਾਂ ਦੀਆਂ ਸਹੁੰਆਂ ਖਾਧੀਆਂ ਨੇ, ਕਈਆਂ ਜਨਮਾਂ ਦੇ ਵਾਅਦੇ ਕੀਤੇ ਨੇ, ਹੱਥ ਝੱਟ ਹੀ ਛੱਡ ਦਿੱਤਾ। ਯਾਰ ਹੱਥ ਛੱਡ ਜਾਂਦੇ ਨੇ ਦੁਨੀਆਂ 'ਤੇ, ਆਪੋ ਆਪਣੇ ਰਲਦੇ ਮਿਲਦੇ ਸੁਭਾਵਾਂ ਨਾਲ ਲੋਕਾਂ ਦੀ ਸੱਜਣ ਪਾਈ ਹੈ, ਪਰ ਹੱਥ ਛੱਡ ਜਾਂਦੇ ਨੇ ਔਖੀ ਵੇਲੇ। ਧੋਈ ਕੋਏ ਨਾ ਦੇ ਸਾਥ ਲੋਕ ਛੱਡ ਦਿੰਦੇ ਨੇ, ਪਰ ਹੇ ਗੁਰੂ ਨਾਨਕ, ਹੇ ਪਰਮਾਤਮਾ, ਔਰੰਗਿਆ ਯਾਦ ਰੱਖ, ਜਿਹਨੇ ਮੇਰੀ ਬਾਂਹ ਫੜੀ ਹੈ ਕਦੇ ਨਹੀਂ ਛੱਡਦਾ। ਮੇਰੀ ਬਾਂਹ ਫੜ ਕੇ, ਮੇਰਾ ਦਸਤ ਫੜ ਕੇ ਮੈਨੂੰ ਅਨੰਦਪੁਰ ਚੋਂ ਸਾਥ, ਮੈਨੂੰ ਅਨੰਦਪੁਰ ਚੋਂ ਉਸਨੇ ਕੱਢਿਆ। ਕਿਤੇ ਵਾਲ ਵਿੰਗਾ ਨਹੀਂ ਹੋਣ ਦਿੱਤਾ ਕਿ ਮੈਨੂੰ ਉਹਨੇ ਚਮਕੌਰ ਦੇ 10 ਲੱਖ ਦੇ ਘੇਰੇ ਚੋਂ ਵੀ ਕੱਢ ਲਿਆ। ਅਗਿਆਨਤਾ ਦੇ ਹਨੇਰੇ ਚੋਂ ਗਿਆਨ ਦਾ ਹੱਥ ਦੇ ਕੇ ਵੀ ਕੱਢ ਲੈਂਦਾ। ਅਮਾ ਬਖਸ਼ ਬਖਸ਼ਿੰਦੇ ਦਸਤਗੀਰ, ਬਖਸ਼ ਰੋਜ਼ੀ ਦੇ ਹੋ ਦਿਲ ਪਸੀ। ਖਤਾ ਗਲਤੀਆਂ ਨੂੰ ਮਾਫ ਕਰਨ ਵਾਲਾ ਦੇਖ, ਭਾਵੇਂ ਤੈਨੂੰ ਔਖੀ ਵੇਲੇ ਅਸੀਂ ਛੱਡ ਗਏ, ਤੂੰ ਮਾਫ਼ੀ ਦੇ ਦਿੱਤੀ ਹੈ ਮਾਲਵੇ ਦੀ ਧਰਤੀ ਤੇ। ਬੱਚਾ ਲੱਖ ਗਲਤੀਆਂ ਕਰੇ, ਸ਼ਾਮ ਨੂੰ ਘਰ ਮੋੜ ਆਵੇ, ਮਾਫ਼ੀ ਮਿਲ ਜਾਂਦੀ ਹੈ। ਇਸ ਕਰਕੇ ਤੂੰ ਬਖਸ਼ਿੰਦਾ ਹੈ, ਖਤਾ ਬਖਸ਼ਣ ਵਾਲਾ, ਰੋਜ਼ੀ ਰੋਟੀ ਦਿੰਦਾ ਹੈ, ਦਿਲ ਵਜ਼ੀਰ ਪਸੰਦ। ਮਨ ਭਾਉਂਦੀ ਜਿੱਦਾਂ ਦਾ ਤੁਹਾਡਾ ਮਨ ਹੈ ਉੱਦਾਂ ਦੀਆਂ ਹੀ ਦਾਤਾਂ ਦਿੰਦਾ। ਇਹ ਸਭ ਦਾਤਾਂ ਬਖਸ਼ਣ ਵਾਲਾ, ਦਿਲ ਵਜ਼ੀਰ ਹੈ, ਰੋਜ਼ੀ ਦਿੰਦਾ, ਕਿਰਪਾ ਕਰਦਾ। ਇੱਥੇ ਆਪਾਂ ਸਮਾਪਤੀ ਕਰੀਏ। ਇਹ ਦਰਸ਼ੀਆਂ ਨੂੰ ਫਾਰਸੀ ਭਾਸ਼ਾ, ਕਈ ਪ੍ਰਕਾਰ ਦੀਆਂ ਗਲਤੀਆਂ ਰਹਿ ਜਾਂਦੀਆਂ ਨੇ। ਇਹ ਉਹ ਦਾਰ ਹੈ ਜਿੱਥੇ ਗੁੰਗੇ ਵੀ ਬੋਲੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪ ਹੀ ਕਥਾ ਸਮਾਪਤ ਕਰਾਉਣੀ ਹੈ। ਫਤਿਹ ਬੁਲਾਈਏ ਜੀ। ਅਮਾ ਬਖਸ਼ ਬਖਸ਼ਿੰਦ ਓ ਦਸਤਗੀ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਸੀਰ। ਵਾਹਿਗੁਰੂ।